ਦੋਸਤੋ ਹਾਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਜ ਲਖਿਆਮਪਲਗ ਦੇ ਉੱਤੇ ਆਪਣੀ ਸੀਰੀਜ਼ ਜਿਹੜੀ ਜਾਰੀ ਹੈ ਉਸ ਦਾ ਤੀਸਰਾ ਪਾਰਟ ਜਿਸ ਵਿੱਚ ਆਪਾਂ ਰਾਜਸਥਾਨ ਤੇ ਖਾਸ ਕਰ ਸ਼ੇਖਾਵਟੀ ਦੇ ਗੈਂਗਸ ਦੀ ਗੱਲ ਕਰਨੀ ਹੈ ਕਿਉਂਕਿ ਬੀਤੀਆਂ ਦੋ ਰਿਪੋਰਟਸ ਵਿੱਚ ਆਪਾਂ ਜ਼ਿਕਰ ਕੀਤਾ ਰਾਜੂ ઠੇਠ ਨਾ ਦੇ ਗੈਂਗਸ ਦਾ ਅਨੰਦ ਪਾਲ ਦਾ ਜ਼ਿਕਰ ਹੋਇਆ ਲਾਰੈਂਸ ਬਿਸ਼ਨੋਈ ਨੇ ਕਿਵੇਂ ਰਾਜਸਥਾਨ ਤੋਂ ਆਪਣਾ ਨੈੱਟਵਰਕ ਜਿਹੜਾ ਸੀ ਉਸ ਨੂੰ ਖੜਾ ਕੀਤਾ ਸੋ ਕਿਤੇ ਨਾ ਕਿਤੇ ਸਾਨੂੰ ਰਾਜਸਥਾਨ ਦੇ ਗੈਂਗਸ ਦੇ ਉੱਤੇ ਨਜ਼ਰ ਪਾਣੀ ਪੈਣੀ ਹੈ ਹਾਲਾਂਕਿ YouTube ਉੱਤੇ ਬਹੁਤ ਅਜਿਹੀ ਵੀਡੀਓਜ਼ ਅਵੇਲੇਬਲ ਨੇ ਜੋ ਕਿ ਰਾਜਸਥਾਨ ਤੇ ਖਾਸ ਕਰ ਸਿੰਗ ਨਾ ਨਾ ਜਿਹੜਾ ਗੈਂਗਸਟਰ ਸੀ ਜਿਸ ਨੂੰ ਏਪੀਵੀ ਕਿਹਾ ਜਾਂਦਾ ਸੀ ਉਸ ਦੇ ਵੀਡੀਓਜ਼ ਦੇ ਨਾਲ ਭਰੇ ਹੋਏ ਨੇ ਲੇਕਿਨ ਆਪਾਂ ਥੋੜੇ ਜਿਹਾ ਵੱਖਰੇ ਕੰਟੈਕਸਟ ਦੇ ਵਿੱਚ ਅੱਜ ਦੀ ਗੱਲਬਾਤ ਕਰਾਂਗੇ ਇਹ ਜ਼ਰੂਰੀ ਸੀ ਇਸ ਵੀਡੀਓ ਨੂੰ ਬਣਾਉਣਾ ਕਿਉਂਕਿ ਆਪਾਂ ਜਿਹੜੀਆਂ ਪਹਿਲੀਆਂ ਵੀਡੀਓ ਦੋ ਬਣਾਈਆਂ ਨੇ ਉਸ ਵਿੱਚ ਆਪਾਂ ਰਾਜਸਥਾਨ ਦੇ ਨਾਲ ਕਿਵੇਂ ਗੈਂਗਸਟਰਾਂ ਦੇ ਤਾਰ ਜੁੜਦੇ ਨੇ ਤੇ ਲੋਰੈਂਸ ਬਿਸ਼ਨੋਈ ਤੇ ਉਸ ਦੇ ਗੈਂਗ ਦੇ ਕੀ ਸਟੇਕਸ ਹੈਗੇ ਨੇ ਰਾਜਸਥਾਨ ਦੇ ਵਿੱਚ ਇਸ ਨੂੰ ਸਮਝਣ ਲਈ ਸਾਨੂੰ ਰਾਜਸਥਾਨ ਦੇ ਗੈਂਗਸ ਉੱਤੇ ਆਉਣਾ ਪਏਗਾ ਸੋ ਰਾਜਸਥਾਨ ਦੇ ਵਿੱਚ ਜਿਹੜੇ ਦੋ ਪ੍ਰੋਮਿਨੈਂਟ ਗੈਂਗ ਆ ਮੋ ਸਾਹਮਣੇ ਰਹੇ ਨੇ ਅ ਪਿਛਲੇ ਤਕਰੀਬਨ 2 ਢਾਈ ਦਹਾਕੇ ਦੇ ਵਿੱਚ ਤੇ ਅੱਜ ਵੀ ਉਹ ਜਿਹੜੀ ਗੈਂਗਵਾਰ ਚੱਲਦੀ ਪਈ ਹੈ ਇਸ ਮਹੀਨੇ ਯਾਨੀ ਕਿ ਦਸੰਬਰ ਦੇ ਪਹਿਲੇ ਮਹੀਨੇ 3 ਦਸੰਬਰ ਨੂੰ ਜਿਹੜੀ ਜਿਹੜੀ ਵਾਰਦਾਤ ਹੁੰਦੀ ਹੈ ਰਾਜੂ ਠੇੜ ਨਾ ਦੇ ਗੈਂਗਸਟਰ ਨੂੰ ਮਾਰਤਾ ਜਾਂਦਾ ਹੈ ਸੀਕਰ ਦੇ ਵਿੱਚ ਰਾਜੂ ਠੇੜ ਦਾ ਜਿਹੜਾ ਹਤਿਆਕਾਂਡ ਹੈ ਜਿਸ ਨੂੰ ਕਿ ਚਾਰ ਬਦਮਾਸ਼ਾਂ ਨੇ ਗੈਂਗਸਟਰ ਨੇ ਆ ਕੇ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰੀਆਂ ਰਾਜੂ ਠੇੜ ਜੋ ਕਿ ਇੱਕ ਬਹੁਤ ਹੀ ਪੁਰਾਣਾ ਤਕਰੀਬਨ 2-3 ਦਹਾਕਿਆਂ ਤੋਂ ਰਾਜਸਥਾਨ ਦੇ ਵਿੱਚ ਆਪਰੇਟ ਕਰਨ ਵਾਲਾ ਗੈਂਗਸਟਰ ਹੈ ਪਰੋਲ ਦੇ ਉੱਤੇ ਬਾਹਰ ਆਇਆ ਹੋਇਆ ਸੀ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਇਸ ਦੀ ਜ਼ਿੰਮੇਵਾਰੀ ਲਈ ਗਈ ਇੱਕ ਰੋਹਿਤ ਗੋਦਾਰਾ ਨਾ ਦੇ ਗੈਂਗਸਟਰ ਵੱਲੋਂ ਜੋ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਆਪਣੇ ਆਪ ਨੂੰ ਮੈਂਬਰ ਵੀ ਦੱਸਦਾ ਤੇ ਉਸਦੇ ਨੈਟਵਰਕ ਨੂੰ ਹੈਂਡਲ ਕਰਨ ਵਾਲਾ ਇੱਕ ਸ਼ਾਤਰ ਕ੍ਰਾਈਮਨਲ ਹੈ ਵੀ ਇਸ ਦੀ ਪਹਿਲਾਂ ਵੀ ਕੋਈ ਲੰਬੀ ਚੌੜੀ ਪ੍ਰੋਫਾਈਲ ਹੈ ਪਹਿਲਾਂ ਵੀ ਕੁਝ ਵੀਡੀਓਜ਼ ਦੇ ਕੰਟੈਕਸਟ ਦੇ ਵਿੱਚ ਰੋਹਿਤ ਗੋਦਾਰਾ ਦਾ ਜ਼ਿਕਰ ਆਇਆ ਹੈ ਸੋ ਰੋਹਿਤ ਗੋਦਾਰਾ ਲਾਰੈਂਸ ਬਿਸ਼ਨੋਈ ਵੱਲੋਂ ਇਸ ਦੀ ਜ਼ਿੰਮੇਵਾਰੀ ਚੁੱਕਦਾ ਹੈ ਤੇ ਇਸ ਹੱਤਿਆਕਾੜ ਨੂੰ ਯਾਨੀ ਕਿ ਰਾਜੂ ਠੇੜ ਦੀ ਹੱਤਿਆ ਨੂੰ ਉਹ ਆਨੰਦਪਾਲ ਸਿੰਘ ਅਤੇ ਜਿਹੜਾ ਇੱਕ ਦੂਸਰਾ ਦੇ ਨਾਲ ਗੈਂਗਸਟਰ ਹੋਇਆ ਸੀ ਬਲਬੀਰ ਬਨੂੜਾ ਉਸ ਦੀ ਮੌਤ ਦਾ ਉਹਨਾਂ ਦੀ ਹੱਤਿਆਵਾਂ ਸੋ ਕੌਣ ਸੀ ਅਨੰਦਪਾਲ ਬਲਬੀਰ ਬਨੂਦਾ ਦੀ ਲੀਕ ਕੀ ਸੀ ਰਾਜੂ ਠੇੜ ਹੋਣਾ ਨਾਲ ਇਹਨਾਂ ਦਾ ਕੀ ਛੱਤੀ ਦਾ ਅੰਕੜਾ ਸੀ ਅੱਜ ਆਪਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਕਰੀਬਨ 2:30 ਵਜੇ ਪਹਿਲਾਂ ਇਹ ਪੂਰੇ ਦੀ ਪੂਰੀ ਲੜਾਈ ਦੀ ਸ਼ੁਰੂਆਤ ਹੁੰਦੀ ਹੈ 1992 ਤੋਂ ਐਕਟਿਵ ਹੋ ਜਾਂਦਾ ਅਨੰਦਪਾਲ ਅਲੱਗੇ ਅਨੰਤਪਾਲ ਦਾ ਉਸ ਵਕਤ ਕੋਈ ਲੰਬਾ ਚੌੜਾ ਰਿਕਾਰਡ ਨਹੀਂ ਸੀ ਲੇਕਿਨ ਸਾਲ 2019 ਤੋਂ 92 ਤੋਂ ਲੈ ਕੇ 2000 ਦੇ ਵਿੱਚ ਤੇ ਤਕਰੀਬਨ 7-8 ਸਾਲ ਇਹ ਦੱਸਿਆ ਜਾਂਦਾ ਕਿ ਅਨੰਦਪਾਲ ਸਿੰਘ ਨੇ ਕੋਸ਼ਿਸ਼ਾਂ ਕਾਫੀ ਜ਼ਿਆਦਾ ਕੀਤੀਆਂ ਰਾਜਪੂਤ ਬਿਰਾਦਰੀ ਦਾ ਸੀ ਰਾਵਣਾ ਰਾਜਪੂਤਿਕ ਕਮਿਊਨਿਟੀ ਹੈ ਜੋ ਕਿ ਰਾਜਪੂਤ ਕਮਿਊਨਿਟੀ ਦਾ ਸਬ ਗਰੁੱਪ ਹੈ ਇਸ ਰਾਵੜਾ ਰਾਜਪੂਤ ਕਮਿਊਨਿਟੀ ਦੇ ਨਾਲ ਤਾਲੁਕ ਰੱਖਦਾ ਸੀ ਆਨੰਦਪਾਲ ਸਿੰਘ ਤੇ ਆਪਣੇ ਇਲਾਕੇ ਦੇ ਵਿੱਚ ਉਹਦਾ ਚੰਗਾ ਖਾਸਾ ਹੌਲ ਸੀ 1992 ਤੋਂ ਲੈ ਕੇ 19 2 ਸਾਲ 2000 ਤੱਕ ਦੇ ਜਿਹੜੇ ਸ਼ੁਰੂਆਤੀ 7-8 ਸਾਲ ਸੀ ਇਸ ਦੌਰਾਨ ਮੰਨਿਆ ਗਿਆ ਕਿ ਆਨੰਦਪਾਲ ਨੇ ਰਾਜਨੀਤੀ ਦੇ ਵਿੱਚ ਵੀ ਆਪਣੇ ਪੈਰ ਪਸਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਉਸ ਦੇ ਵਿੱਚ ਕੁਝ ਹੱਦ ਤੱਕ ਉਹ ਕਾਮਯਾਬ ਰਿਹਾ ਸਥਾਨਕ ਪੰਚਾਇਤਾਂ ਦੇ ਇਲੈਕਸ਼ਨ ਉਹ ਲੜਦਾ ਰਿਹਾ ਤੇ ਜਿੱਤਿਆ ਵੀ بطور ਇੱਕ ਪੰਚਾਇਤੀ ਮੈਂਬਰ ਲੇਕਿਨ ਪੰਚਾਇਤ ਸਮਿਤੀ ਦਾ ਜਿਹੜਾ ਇਲੈਕਸ਼ਨ ਸੀ ਉਹ ਕੁਝ ਵੋਟਾਂ ਦੇ ਮਾਰਜਨ ਤੋਂ ਹਾਰ ਗਿਆ ਸਾਹਮਣੇ ਜਿਹੜਾ ਉਮੀਦਵਾਰ ਖੜਾ ਸੀ ਉਹਦਾ ਜਿਹੜਾ ਪਿਤਾ ਸੀ ਉਹਦਾ ਪਿਓ ਸੀ ਉਹ ਚੰਗਾ ਇੱਕ ਰਸੂਕਦਾਰ ਸਿਆਸਤਦਾਨ ਸੀ ਸੋ ਉਥੋਂ ਅਨੰਦਪਾਲ ਸਿੰਘ ਨੂੰ ਇੱਕ ਪੋਟੈਂਸ਼ੀਅਲ ਥ੍ਰੈਟ ਦੇ ਰੂਪ ਵਿੱਚ ਚੈਲੈਂਜਰ ਦੇ ਰੂਪ ਵਿੱਚ ਵੇਖਣਾ ਸ਼ੁਰੂ ਕੀਤਾ ਗਿਆ ਜਦੋਂ ਕਿ ਸਮਝਿਆ ਗਿਆ ਕਿ ਉਸ ਉੱਤੇ ਕਈ ਕੇਸ ਵਗੈਰਾ ਮੁਕਦਮੇ ਦਰਜ ਹੋਣੇ ਸ਼ੁਰੂ ਹੋ ਗਏ। ਇਹੀ ਕਾਰਨ ਸੀ ਕਿ ਜਿਹੜੇ ਜਦੋਂ ਸ਼ੁਰੂਆਤੀ ਕੇਸ ਉਸ ਉੱਤੇ ਦਰਜ ਹੁੰਦੇ ਨੇ ਉਸ ਤੋਂ ਬਾਅਦ ਉਹ ਗੈਰ ਕਾਨੂੰਨੀ ਕਮਾ ਕਾਜਾਂ ਦੇ ਵਿੱਚ ਪੈ ਜਾਂਦਾ ਆ ਅਨੰਦਪਾਲ ਸਿੰਘ ਦੇ ਬਾਰੇ ਜਾਣਿਆ ਜਾਂਦਾ ਹੈ ਕਿ ਸ਼ਰਾਬ ਦੀ ਤਸਕਰੀ ਤੋਂ ਉਸਨੇ ਆਪਣਾ ਜਿਹੜਾ ਅੰਡਰਗਰਾਉਂਡ ਦਾ ਕੰਮਕਾਰ ਸੀ ਇਹ ਕ੍ਰਿਮੀਨਲ ਐਕਟੀਵਿਟੀਜ਼ ਦਾ ਪੂਰਾ ਦਾ ਪੂਰਾ ਨੈਟਵਰਕ ਸੀ ਉਸ ਨੂੰ ਬਣਾਉਣਾ ਸ਼ੁਰੂ ਕੀਤਾ ਤੇ ਕੁਝ ਹੀ ਸਾਲਾਂ ਦੇ ਵਿੱਚ ਇਸ ਉੱਤੇ ਕਈ ਮੁਕੱਦਮੇ ਜਿਹੜੇ ਸੀ ਸ਼ਰਾਬ ਦੀ ਤਸਕਰੀ ਦੇ ਜਾਂ ਹੋਰ ਇਸ ਤਰੀਕੇ ਦੀਆਂ ਜਿਹੜੀ ਗਤੀਵਿਧੀਆਂ ਦੇ ਸ਼ੁਰੂ ਹੋ ਗਏ ਬਾਅਦ ਦੇ ਵਿੱਚ ਇਹ ਮੁਕੱਦਮੇ ਵਧਦੇ ਗਏ ਐਕਸਟਰਸ਼ਨ ਅਟੈਂਪਟ ਟੂ ਮਰਡਰ ਕੰਟਰੈਕਟ ਕਿਲਿੰਗਸ ਇਹ ਸਾਰੀਆਂ ਚੀਜ਼ਾਂ ਆਨੰਦਪਾਲ ਸਿੰਘ ਦੇ ਨਾਲ ਜੁੜਦੀਆਂ ਸ਼ੁਰੂ ਹੋ ਗਈਆਂ ਲੇਕਿਨ ਆਨੰਦਪਾਲ ਸਿੰਘ ਦਾ ਸਾਲ 2002 ਤੋਂ ਬਾਅਦ ਦਾ ਜਿਹੜਾ ਸਫ਼ਰ ਹੈ 2017 ਤੱਕ ਦਾ तकरीबन 17 ਸਾਲ ਜਦ ਉਸ ਜਿਸ ਦਿਨ ਉਹ ਦਾ ਇਨਕਾਊਂਟਰ ਹੁੰਦਾ 24 ਜੂਨ 2017 ਨੂੰ ਇਹਨਾਂ 17 ਸਾਲਾਂ ਦੌਰਾਨ ਉਸ ਦੀ ਜਿਹੜੀ ਦੁਸ਼ਮਣੀ ਸੀ ਉਹ ਰਾਜੂ ਠੇੜ ਨਾ ਦੇ ਗੈਂਗਸਟਰ ਦੇ ਨਾਲ ਹੋਈ ਜੋ ਅਗੇਨ ਰਾਜਸਥਾਨ ਦੇ ਵਿੱਚ 1995 ਤੋਂ ਐਕਟਿਵ ਸੀ ਹੁਣ ਰਾਜੂ ਠੇੜ ਅਤੇ ਅਨੰਦਪਾਲ ਸਿੰਘ ਦੀ ਜਿਹੜੀ ਦੁਸ਼ਮਣੀ ਹੈ 2000 ਤੋਂ ਬਾਅਦ ਉਹ ਕੁਝ ਲੋਕਾਂ ਦੇ ਕਾਰਨ ਸ਼ੁਰੂ ਹੋਈ ਹੁੰਦੀ ਹੈ ਜੋ ਕਿ ਆਪਸ ਦੇ ਸਾਥੀ ਇਹਨਾਂ ਦੇ ਰਹੇ ਹੁੰਦੇ ਨੇ ਇੱਕ ਦੂਸਰੇ ਦੇ ਨਾਲ ਕੰਮ ਕਰਦੇ ਰਹੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਦੁਸ਼ਮਣ ਬਣ ਜਾਂਦੇ ਨੇ ਇਹ ਕੁਝ ਅਜਿਹੇ ਅਨਸਰ ਹੁੰਦੇ ਨੇ ਜੋ ਕਿ ਬਾਅਦ ਦੇ ਵਿੱਚ ਬੜੇ ਨਾਮੀ ਗੈਂਗਸਟਰ ਵੀ ਬ ਰਾਜੂਠੇਠ ਦੀ ਸੀਮਿਤ ਪੱਧਰ ਉੱਤੇ ਜਿਹੜੀ ਨੇੜਤਾ ਹੁੰਦੀ ਹੈ ਉਹ ਪੋਲਿਟਿਕਸ ਦੇ ਵਿੱਚ ਵੀ ਹੁੰਦੀ ਹੈ ਤੇ ਏਬੀਬੀ ਭੀਜੋ ਕੀ ਸਟੂਡੈਂਟ ਵਿੰਗਸ ਹੁੰਦਾ ਹੈ ਭਾਜਪੀ ਦਾ ਉਸ ਦੇ ਇੱਕ ਲੀਡਰ ਹੁੰਦੇ ਨੇ ਗੋਪਾਲ ਫੋਗਾਟ ਜਿਸ ਨਾਲ ਉਸ ਦੀ ਕਾਫੀ ਨੇੜਤਾ ਹੁੰਦੀ ਤੇ ਨੇੜਤਾ ਕਈ ਸਾਲ ਤੱਕ ਕੰਟੀਨਿਊ ਰਹਿੰਦੀ ਹੈ ਇਸੇ ਦੌਰਾਨ ਇਹ ਦੱਸਿਆ ਜਾਂਦਾ ਹੈ ਕਿ ਪਹਿਲਾਂ ਪੈਰੋ ਸਿੰਘ ਸ਼ਿਖਾਵਤ ਦੀ ਸਰਕਾਰ ਹੁੰਦੀ ਹੈ ਫਿਰ ਬਸੁੰਦਰਾ ਰਾਜੇ ਸਿੰਧਿਆ ਦੀਆਂ ਸਰਕਾਰਾਂ ਆ ਜਾਂਦੀਆਂ ਨੇ ਇਹਨਾਂ ਸਰਕਾਰਾਂ ਦੇ ਦੌਰਾਨ ਸ਼ਰਾਬ ਦਾ ਜਿਹੜਾ ਕਾਰੋਬਾਰ ਹੁੰਦਾ ਇੱਕ ਤਾਂ ਇਲੀਗਲ ਸ਼ਰਾਬ ਦਾ ਕਾਰੋਬਾਰ ਹੁੰਦਾ ਜਿਸ ਦੇ ਵਿੱਚ ਅਨੰਦਪਾਲ ਤੇ ਉਸ ਦੇ ਸਾਥੀ ਲੱਗੇ ਹੁੰਦੇ ਨੇ ਲੇਕਿਨ ਸ਼ਰਾਬ ਦੇ ਜਿਹੜੇ ਠੇਕੇ ਨੇ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਰਾਜੂ ਠੇੜ ਰਾਜੂ ਠੇੜ ਨੂੰ ਇੱਕ ਉਸਤਾ ਹੋਰ ਸਾਥੀ ਮਿਲਦਾ ਜਿਸ ਦਾ ਨਾਂ ਹੁੰਦਾ ਬਲਬੀਰ ਬਨੂੜਾ ਜਿਸ ਨੇ ਬਾਅਦ ਦੇ ਵਿੱਚ ਜਾ ਕੇ ਉਸ ਦਾ ਦੁਸ਼ਮਣ ਬਣ ਜਾਣਾ ਹੁੰਦਾ ਸੋ ਬਲਬੀਰ ਬਨੂੜਾ ਤੇ ਰਾਜੂ ਠੇੜ ਦੀ ਸ਼ੁਰੂਆਤ ਚੰਗੀ ਸ਼ੁਰੂਆਤ ਹੁੰਦੀ ਆ ਆਪਸ ਦੇ ਵਿੱਚ ਇਹਨਾਂ ਦੀ ਸਾਂਝ ਹੁੰਦੀ ਹੈ ਤੇ ਬਿਜ਼ਨਸ ਦੇ 파ਟਰਨ ਬਣਦੇ ਨੇ ਸ਼ਰਾਬ ਦੇ ਠੇਕਿਆਂ ਦੇ ਵਿੱਚ ਆਪਸ ਦਾ ਇਹਨਾਂ ਦਾ ਹਿੱਸਾ ਪੈ ਜਾਂਦਾ ਹੈ ਤੇ ਇਹਨਾਂ ਨੂੰ ਇੱਕ ਸ਼ਰਾਬ ਦਾ ਠੇਕਾ ਵੀ ਉੱ ਉਹ ਜਿਹੜਾ ਸ਼ਰਾਬ ਦਾ ਠੇਕਾ ਹੁੰਦਾ ਉਸ ਦੀ ਮੈਨੇਜਮੈਂਟ ਦਾ ਕੰਮ ਬਲਬੀਰ ਬਨੂੜਾ ਦੇ ਸਾਲੇ ਨੂੰ ਦਿੱਤਾ ਜਾਂਦਾ ਜਿਸ ਦਾ ਨਾਮ ਵਿਜੇਪਾਲ ਦੱਸਿਆ ਜਾਂਦਾ ਹੈ ਵਿਜੇਪਾਲ ਜੋ ਪੂਰਾ ਹਿਸਾਬ-ਕਿਤਾਬ ਉਸ ਠੇਕੇ ਦਾ ਰੱਖ ਰਿਹਾ ਹੁੰਦਾ ਉਸ ਦੇ ਨਾਲ ਕੁਝ ਮਨਮਟਾਪ ਹੁੰਦਾ ਤੇ ਕੁਝ ਸ਼ੱਕ ਸ਼ੁਬੇ ਪੈਦਾ ਹੁੰਦੇ ਨੇ ਜਿਸ ਤੋਂ ਬਾਅਦ ਰਾਜੂ ਠੇੜ ਮੰਨਿਆ ਜਾਂਦਾ ਕਿ ਉਸ ਦੇ ਗੈਂਗਸਟਰਾਂ ਵੱਲੋਂ ਜਾਂ ਉਸ ਦੇ ਆਪਣੇ ਬੰਦਿਆਂ ਵੱਲੋਂ ਵਿਜੇਪਾਲ ਦਾ ਕਤਲ ਕਰਾਤਾ ਜਾਂਦਾ ਹੈ ਵਿਜੇਪਾਲ ਬੇਸਿਕਲੀ ਬਲਬੀਰ ਬਨੂੜਾ ਦਾ ਸਾਲਾ ਹੁੰਦਾ ਹੈ ਇਸ ਤੋਂ ਬਾਅਦ ਬਲਬੀਰ ਬਨੂੜਾ ਜੋ ਕਿ ਬਿਜ਼ਨਸ ਪਾਰਟਨ ਹੁੰਦਾ ਰਾਜੂ ਠੇੜ ਦਾ ਉਹ ਕਾਫੀ ਔਖਾ ਹੁੰਦਾ ਤੇ ਉਸ ਉਸ ਦੇ ਕੋਲ ਇੱਕ ਕਾਰਨ ਹੁੰਦਾ ਕਿ ਉਹ ਰਾਜੂ ઠੇਠ ਤੋਂ ਬਦਲਾ ਲਵੇ ਉਸ ਦੇ ਖਿਲਾਫ ਕੁਝ ਕਰੇ ਲੇਕਿਨ ਉਹ ਕਰ ਨਹੀਂ ਪਾਰਿਆ ਹੁੰਦਾ ਇਸ ਲਈ ਉਸ ਨੂੰ ਸ਼ਰਾਬ ਦੇ ਉਸ ਵਕਤ ਦੇ ਤਸਕਰ ਵੱਡੇ ਤਸਕਰ ਦੇ ਰੂਪ ਵਿੱਚ ਉੱਭਰ ਚੁੱਕੇ ਆਨੰਦਪਾਲ ਸਿੰਘ ਦੀ ਮਦਦ ਦੀ ਲੋੜ ਪੈਂਦੀ ਹੈ ਬਿਜ਼ਨਸ ਜਿਹੜਾ ਸਬੰਧ ਹੁੰਦੇ ਉਹ ਤਾਂ ਟੁੱਟੇ ਚੁੱਕੇ ਹੁੰਦੇ ਨੇ ਵਿਜੇਪਾਲ ਦੇ ਕਤਲ ਤੋਂ ਬਾਅਦ ਸੋ ਆਨੰਦਪਾਲ ਦੇ ਨਾਲ ਹੱਥ ਮਿਲਾ ਲੈਂਦਾ ਬਲਬੀਰ ਬਨੂੜਾ ਤੇ ਬਾਅਦ ਦੇ ਵਿੱਚ ਬਲਬੀਰ ਬਨੂੜਾ ਅਨੰਦਪਾਲ ਦੀ ਸੱਜੀ ਬਾਹ ਬਣ ਕੇ ਵੀ ਉਸਨੇ ਕੰਮ ਕੀਤਾ ਤੇ ਇੱਕ ਖਤਰਨਾਕ ਗੈਂਗਸਟਰ ਦੇ ਰੂਪ ਦੇ ਵਿੱਚ ਵੀ ਬਲਬੀਰ ਬਨੂੜਾ ਦਾ ਉਭਾਰ ਹੋਇਆ ਤੇ ਕਈ ਕ੍ਰਾਈਮਨਲ ਗਵਾਧਾਤਾਂ ਨੂੰ ਉਸਨੇ ਅੰਜਾਮ ਦਿੱਤਾ ਅਨੰਦਪਾਲ ਆਲਰੇਡੀ ਇਸ ਸਿਲਸਿਲੇ ਦੇ ਵਿੱਚ ਕਾਫੀ ਡੂੰਘੇ ਉਤਰ ਚੁੱਕਾ ਸੀ ਸੋ ਵਿਜੇਪਾਲ ਦੀ ਹਤਿਆ ਦੇ ਬਦਲੇ ਵਜੋਂ ਜਿਹੜਾ ਅਗਲਾ ਨਿਸ਼ਾਨਾ ਇਸ ਉੱਭਰ ਰਹੀ ਗੈਂਗਵਾਰ ਦੇ ਵਿੱਚ ਬੜਨਾ ਹੁੰਦਾ ਉਹ 2006 ਦੇ ਵਿੱਚ ਗੋਪਾਲ ਫੁਗਾਟ ਉਸ এবੀਵੀਪੀ ਦੇ ਲੀਡਰ ਨੇ ਬੜਨਾ ਹੁੰਦਾ ਜੋ ਕਿ ਸ਼ੁਰੂਆਤੀ ਦੌਰ ਦੇ ਵਿੱਚ ਰਾਜੂ ਠੇੜ ਦਾ ਇੱਕ ਬੜਾ ਹੀ ਚੰਗਾ ਸਾਥੀ ਰਿਹਾ ਹੁੰਦਾ ਰਾਜੂ ਠੇੜ ਨੂੰ ਖੜਾ ਕਰਨ ਦੇ ਵਿੱਚ ਉਸ ਦਾ ਬੜਾ ਵੱਡਾ ਯੋਗਦਾਨ ਹੁੰਦਾ ਆਨੰਦ ਪਾਲ ਅਤੇ ਬਲਬੀਰ ਬਨੂੜਾ ਦੇ ਇਸ਼ਾਰੇ ਉੱਤੇ ਜਿਹੜੀ ਹਤਿਆ ਕਰਵਾਈ ਜਾਂਦੀ ਹੈ ਗੋਪਾਲ ਫੁਗਾਟ ਦੀ ਉਸ ਨੂੰ 2006 ਦੇ ਵਿੱਚ ਮਾਰਤਾ ਜਾਂਦਾ ਜਿਸ ਤੋਂ ਬਾਅਦ ਰਾਜੂ ਠੇੜ ਜਿਹੜਾ ਹੈ ਉਹ ਹੁਣ ਬਦਲਾ ਲੈਣਾ ਚਾਹ ਰਿਹਾ ਹੁੰਦਾ ਆਨੰਦਪਾਲ ਅਤੇ ਬਲਬੀਰ ਬਨੂੜਾ ਤੋਂ ਸੋ ਇੱਕ ਤਰੀਕੇ ਦੀ ਗੈਂਗਵਾਰ ਸ਼ੁਰੂ ਹੋ ਚੁੱਕੀ ਹੁੰਦੀ ਹੈ ਇੱਕ ਦੂਸਰੇ ਦੇ ਮੇਨ ਕਿਰਦਾਰ ਇਸ ਦੇ ਵਿੱਚ ਇਹੀ ਹੁੰਦੇ ਨੇ ਇੱਕ ਪਾਸੇ ਆਨੰਦਪਾਲ ਤੇ ਉਸ ਦੇ ਨਾਲ ਹੁਣ ਰਾਜੂ ਠੇੜ ਦਾ ਪਾਰਟਨਰ ਬਲਬੀਰ ਬਨੂੜਾ ਜੁੜ ਚੁੱਕਾ ਹੁੰਦਾ ਆਨੰਦਪਾਲ ਦਾ ਆਪਣਾ ਨੈਟਵਰਕ ਚੱਲਦਾ ਹੁੰਦਾ ਤੇ ਦੂਸਰੇ ਪਾਸੇ ਰਾਜੂ ਠੇੜ ਹੁੰਦਾ ਤੇ ਇਸ ਦੇ ਨਾਲ ਦੇ ਹੋਰ ਲੋਕ ਹੁੰਦੇ ਨੇ ਰਾਜੂ ਠੇਠ ਦੇ ਉੱਤੇ ਇੱਕ ਹਮਲਾ 2013 ਦੇ ਵਿੱਚ ਜੇਲ੍ਹ ਵਿੱਚ ਕਰਵਾਇਆ ਜਾਂਦਾ ਰਾਜੂ ਠੇੜ ਜੇਲ੍ਹ ਵਿੱਚ ਹੁੰਦਾ ਉਸ ਦਰਾਂ ਉਸ ਉੱਤੇ ਇੱਕ ਹਮਲਾ ਕਰਵਾਇਆ ਜਾਂਦਾ ਜੋ ਕਿ ਸੁਭਾਸ਼ ਬਰਾਲ ਨਾ ਦਾ ਇੱਕ ਗੈਂਗਸਟਰ ਜੋ ਕਿ ਬਾਅਦ ਵਿੱਚ ਲੋਰੈਂਸ ਬਿਸ਼ਨੂਈ ਦਾ ਇੱਕ ਬਹੁਤ ਮੇਜਰ ਜਿਹੜਾ ਜਿਹੜਾ ਪਲੇਅਰ ਸੀਗਾ ਉਸ ਗੈਂਗ ਦਾ ਉਸ ਨੈਟਵਰਕ ਦਾ ਉਸ ਵਜੋਂ ਉੱਭਰਿਆ ਸੋ ਸੁਭਾਸ਼ ਬਰਾਲ ਜਿਸ ਨੂੰ ਸੁਭਾਸ਼ ਮੁੰਡਾ ਨਾਂ ਨਾਲੋਂ ਵੀ ਜਾਣਿਆ ਜਾਂਦਾ ਸੀ ਉਸ ਵੱਲੋਂ 2013 ਦੇ ਵਿੱਚ ਨਿਸ਼ਾਨਾ ਬਣਾਇਆ ਜਾਂਦਾ ਰਾਜੂ ਠੇੜ ਰਾਜੂ ਠੇੜ ਉੱਤੇ ਪਹਿਲਾ ਜਿਹੜਾ ਹਮਲਾ ਜੋ ਕਿ ਕਾਤਲਾਨਾ ਹਮਲਾ ਨਹੀਂ ਸੀ ਕੋਸ਼ਿਸ਼ ਉਸ ਹਮਲੇ ਦੀ ਹੋਈ ਇਸ 2022 ਦੇ ਦਸੰਬਰ ਦੇ ਹਮਲੇ ਤੋਂ ਪਹਿਲਾਂ 2013 26 ਜਨਵਰੀ 2013 ਨੂੰ ਹੁੰਦੀ ਹੈ ਜੇਲ੍ਹ ਦੇ ਵਿੱਚ ਇਹ ਹਮਲਾ ਕੀਤਾ ਜਾਂਦਾ ਹੈ ਸੁਭਾਸ਼ ਬਰਾਲ ਵੱਲੋਂ ਇਹ ਅਟੈਕ ਉਸ ਉੱਤੇ ਕੀਤਾ ਜਾਂਦਾ ਹੈ ਲੇਕਿਨ ਦੱਸਿਆ ਜਾਂਦਾ ਕਿ ਗੋਲੀ ਚਲਾਈ ਜਾਂਦੀ ਹੈ ਉਸ ਉੱਤੇ ਲੇਕਿਨ ਉਸ ਗੋਲੀਬਾਰੀ ਦੇ ਵਿੱਚ ਉਹ ਬਚ ਨਿਕਲਦਾ ਉਸ ਨੂੰ ਗੋਲੀ ਵੱਜਦੀ ਵੀ ਹੈ ਲੇਕਿਨ ਉਸ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਉਹ ਕਿਸੇ ਤਰੀਕੇ ਨਾਲ ਇਸ ਵਾਰਦਾਤ ਦੇ ਵਿੱਚ ਬਚ ਜਾਂਦਾ ਹੈ ਜਿਸ ਤੋਂ ਬਾਅਦ ਇਹ ਮੰਨਿਆ ਗਿਆ ਕਿ ਰਾਜੂ ਠੇਡ ਨੇ ਆਪਣਾ ਜਿਹੜਾ ਪੂਰਾ ਦਾ ਪੂਰਾ ਨੈਟਵਰਕ ਸੀ ਕੰਮਕਾਰ ਸੀ ਅੰਡਰਵਰਲਡ ਦੀਆਂ ਜਿਹੜੀਆਂ ਉਹਦੀਆਂ ਗਤੀਵਿਧੀਆਂ ਵੀ ਸਨ ਉਹਨਾਂ ਨੂੰ ਆਪਣੇ ਭਰਾ ਓਮ ਓਮਾ ਠੇਡ ਉਸ ਦਾ ਨਾਂ ਸੀ ਓਮ ਪ੍ਰਕਾਸ਼ ਠੇਡ ਸ਼ਾਇਦ ਓਮ ਓਮਾ ਠੇਡ ਉਸ ਨੂੰ ਸੌਂਪਤਾ ਸੋ ਇਸ ਹਮਲਾ ਜਿਹੜਾ 2013 ਦੇ ਵਿੱਚ 26 ਜਨਵਰੀ ਨੂੰ ਜੇਲ੍ਹ ਦੇ ਵਿੱਚ ਰਾਜੂ ਠੇਡ ਉੱਤੇ ਹੋਇਆ ਇਸ ਦਾ ਬਦਲਾ ਅਗਲੇ ਸਾਲ 2014 ਦੇ ਵਿੱਚ ਲਿਆ ਗਿਆ ਜਦੋਂ ਕਿ ਅ ਅਟੈਕ ਜਿਹੜਾ ਸੀ ਕਰਵਾਇਆ ਗਿਆ ਇਹ ਜਿਹੜਾ ਅਟੈਕ ਸੀ ਜੁਲਾਈ ਦੇ ਮਹੀਨੇ ਦੇ ਵਿੱਚ ਹੁੰਦਾ ਤੇ ਇਹ ਅਟੈਕ ਜੇਲ੍ਹ ਦੇ ਵਿੱਚ ਹੀ ਹੁੰਦਾ ਹੈ ਅਨੰਦਪਾਲ ਸਿੰਘ ਅਤੇ ਬਲਬੀਰ ਬਨੂੜਾ ਦੋਵੇਂ ਇਕੱਠੇ ਜੇਲ੍ਹ ਦੇ ਵਿੱਚ ਸੀ ਓਮਾ ਠੇਡ ਜਿਹੜਾ ਹੁੰਦਾ ਉਸਤੇ ਦੋ ਸਾਲੇ ਦੱਸੇ ਜਾਂਦੇ ਨੇ ਰਾਮ ਪ੍ਰਕਾਸ਼ ਤੇ ਜੈ ਪ੍ਰਕਾਸ਼ ਨਾ ਦੇ ਉਹ ਵੀ ਉਸੇ ਜੇਲ੍ਹ ਦੇ ਵਿੱਚ ਹੁੰਦੇ ਨੇ ਤੇ ਜੇਲ੍ਹ ਦੇ ਵਿੱਚ ਇਹ ਗੈਂਗਵਾਰ ਹੋਰ ਸਿਖਰ ਉੱਤੇ ਪਹੁੰਚ ਜਾਂਦੀਆਂ ਜਦੋਂ ਕਿ ਇੱਕ ਕਤਲਨਾਕ ਹਮਲਾ ਹੁੰਦਾ ਹੈ ਤੇ ਇਸ ਹਮਲੇ ਦੇ ਵਿੱਚ ਨਿਸ਼ਾਨਾ ਦੋਵੇਂ ਹੁੰਦੇ ਨੇ ਆਨੰਦਪਾਲ ਤੇ ਬਲਬੀਰ ਬਨੂੜਾ ਲੇਕਿਨ ਆਨੰਦਪਾਲ ਇਸ ਹਮਲੇ ਵਿੱਚ ਬਾਲ-ਬਾਲ ਬਚ ਜਾਂਦਾ ਹੈ ਤੇ ਬਲਬੀਰ ਬਨੂੜਾ ਦੀ ਮੌਤ ਹੋ ਜਾਂਦੀ ਹੈ ਬਲਬੀਰ ਬਨੂੜਾ ਉੱਤੇ ਜਿਹੜਾ ਹਮਲਾ ਸੀ ਇਹ ਇੱਕ ਬਹੁਤ ਕਾਤਕ ਹਮਲਾ ਸੀ ਤੇ ਇਸ ਤੋਂ ਬਾਅਦ ਇਹ ਗੈਂਗਵਾਰ ਹੋਰ ਵੀ ਸਿਖਰਾਂ ਉੱਤੇ ਪਹੁੰਚ ਗਈ ਆਨੰਦਪਾਲ ਇਸ ਗੈਂਗਵਾਰ ਦੇ ਵਿੱਚ ਬਾਲ-ਬਾਲ ਬਚਣ ਕੇ ਲੇਕਿਨ ਜੇਲ੍ਹ ਦੇ ਵਿੱਚ ਰਹਿਣਾ ਵੀ ਆਨੰਦਪਾਲ ਸਿੰਘ ਲਈ ਹੁਣ ਸੇਫ ਸੋ ਕੁਝ ਹੀ ਮਹੀਨੇ ਬਾਅਦ ਅਨੰਤਪਾਲ ਅਜਮੇਰ ਦੀ ਅਦਾਲਤ ਦੇ ਵਿੱਚ ਇੱਕ ਪੇਸ਼ੀ ਦੌਰਾਨ ਆਂਦਾ ਹੈ ਨਾਗੌਰ ਡਿਸਟ੍ਰਿਕਟ ਵਿੱਚ ਜਦੋਂ ਉਹ ਵਾਪਸ ਜਾ ਰਿਹਾ ਹੁੰਦਾ ਹੈ ਉਸ ਦੀ ਜਿਹੜੀ ਪੁਲਿਸ ਵੈਨ ਹੁੰਦੀ ਜਿਸ ਵਿੱਚ ਅਨੰਦਪਾਲ ਤੇ ਨਾਲ ਸੁਭਾਸ਼ ਮੁੰਡ ਤੇ ਇੱਕ ਹੋਰ ਉਸ ਦਾ ਸਾਥੀ ਹੁੰਦਾ ਤਿੰਨ ਗੈਂਗਸਟਰ ਨੂੰ ਵਾਪਸ ਪੇਸ਼ੀ ਤੋਂ ਪੁਲਿਸ ਲਿਜਾ ਰਹੀ ਹੁੰਦੀ ਹੈ ਉਸ ਵਕਤ ਅਨੰਦਪਾਲ ਦੇ ਗੈਂਗ ਵੱਲੋਂ ਇੱਕ ਯੋਜਨਾਬੱਧ ਹਮਲਾ ਜਿਹੜਾ ਹੈ ਹਥਿਆਰਬੰਦ ਹਮਲਾ ਕੀਤਾ ਜਾਂਦਾ ਤੇ ਇਹ ਦੱਸਿਆ ਜਾਂਦਾ ਕਿ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਵੈਨ ਦੇ ਵਿੱਚ ਉਹਨਾਂ ਵੱਲੋਂ ਕੋਈ ਜ਼ਿਆਦਾ ਰੈਜ਼ਿਸਟੈਂਸ ਨਹੀਂ ਹੁੰਦੀ ਉਸ ਤੋਂ ਪਹਿਲਾਂ ਢਾਬੇ ਉੱਤੇ ਪੁਲਿਸ ਵਾਲਿਆਂ ਨੂੰ ਸ਼ਾਇਦ ਕੁਝ ਅਜਿਹੇ ਖਾਣਾ ਵਗੈਰਾ ਖਿਲਾਇਆ ਗਿਆ ਜਿਸ ਵਿੱਚ ਨੀਂਦ ਦੀਆਂ ਗੋਲੀਆਂ ਜਾਂ ਕੋਈ ਨਸ਼ੀਲਾ ਪਦਾਰਥ ਸੀ ਜਿਸ ਤੋਂ ਬਾਅਦ ਪੁਲਿਸ ਇਸ ਕਪੈਸਿਟੀ ਵਿੱਚ ਨਹੀਂ ਸੀ ਇਹ ਬਹੁ ਇਹ AK-47 ਜਿਹੜੀਆਂ ਰੈਫਲਾਂ ਵਗੈਰਾ ਖੋਕੇ ਤੇ ਅਨੰਦਪਾਲ ਨੂੰ ਛੜਵਾ ਕੇ ਉਸਦੇ ਸਾਥੀ ਲੈ ਜਾਂਦੇ ਨੇ ਇਸ ਹਮਲੇ ਦੇ ਵਿੱਚ ਤਿੰਨ ਜਿਹੜੇ ਪੁਲਿਸ ਵਾਲੇ ਫੱਟੜ ਵੀ ਹੋਏ ਉਹਨਾਂ ਨੂੰ ਗੋਲੀਆਂ ਵਗੈਰਾ ਲੱਗੀਆਂ ਸੋ ਇਹ ਉਸ ਵਕਤ ਦਾ ਇੱਕ ਬਹੁਤ ਵੱਡਾ ਜਿਹੜਾ ਅਟੈਂਪਟ ਸੀ ਜਿਸ ਵਿੱਚ ਕਿ ਇੱਕ ਨਾਮੀ ਗੈਂਗਸਟਰ ਜੋ ਕਿ ਬਹੁਤ ਹੀ ਸਮੇਂ ਬਾਅਦ ਪੁਲਿਸ ਦੇ ਹੱਥੇ ਚੜਿਆ ਸੀ ਉਸ ਨੂੰ ਸ਼ਰੀਆ ਪੁਲਿਸ ਦੀ ਕਸਟਡੀ ਵਿੱਚੋਂ ਛੁਡਵਾ ਕੇ ਲਜਾਇਆ ਗਿਆ ਇਹ ਘਟਨਾ ਵੀ ਜਿਹੜੀ ਹੈ ਇਹ ਨਗੌਰ ਡਿਸਟ੍ਰਿਕਟ ਦੇ ਵਿੱਚ ਹੀ ਵਾਪਰੀ। ਅਨੰਦਪਾਲ ਨੂੰ ਪੁਲਿਸ ਕਸਟਡੀ ਵਿੱਚੋਂ ਛੁਡਵਾਉਣ ਦਾ ਜਿਹੜਾ ਇਹ ਹਮਲਾ ਸੀ ਇੱਕ ਬਹੁਤ ਡੇਰੀਂਗ ਹਮਲਾ ਸੀ ਜਿਸ ਨੇ ਕਿ ਰਾਜਸਥਾਨ ਸਰਕਾਰ ਤੇ ਰਾਜਸਥਾਨ ਪੁਲਿਸ ਨੂੰ ਸਿੱਧੇ ਤਰੀਕੇ ਨਾਲ ਚੁਣੌਤੀ ਦਿੱਤੀ ਸੀ। ਇੱਕ ਅਜਿਹੀ ਕਾਰਵਾਈ ਸੀ ਜਿਸ ਤੋਂ ਬਾਅਦ ਕਿ ਗੁੱਸੇ ਵਿੱਚ ਪੁਲਿਸ ਸੀ ਏਟੀਐਸ ਤੇ ਸਪੈਸ਼ਲ ਆਪਰੇਸ਼ਨ ਗਰੁੱਪ ਵਗੈਰਾ ਨੂੰ ਅ ਅਨੰਦਪਾਲ ਦੀ ਤਰ ਪਕੜ ਲਈ ਹੈ ਉਸ ਨੂੰ ਫੜਨ ਲਈ ਕਿਸੇ ਵੀ ਤਰੀਕੇ ਦੇ ਨਾਲ ਅਨੰਦਪਾਲ ਨੂੰ ਕਾਬੂ ਕਰਨਾ ਹੈ। ਇਹ ਇੱਕ ਮੇਨ ਟਾਰਗੇਟ ਬਣ ਚੁੱਕਾ ਸੀ ਇਸ ਮੁੱਦੇ ਉੱਤੇ ਸਿਆਸਤ ਵੀ ਬਹੁਤ ਗਰਮਾਈ ਰਹੀ ਕਿਉਂਕਿ ਲਾਅ ਐਂਡ ਆਰਡਰ ਦੀ ਵਿਵਸਥਾ ਨੂੰ ਲੈ ਕੇ ਬਹੁਤ ਗੱਲਾਂ ਬਾਤਾਂ ਉੱਡਦੀਆਂ ਰਹੀਆਂ ਇਸ ਦੌਰਾਨ ਰਾਜੂ ਠੇੜ ਜਿਹੜਾ ਸੀ ਉਹ ਜੇਲ੍ਹਾਂ ਦੇ ਵਿੱਚ ਹੀ ਰਹਿੰਦਾ ਆ ਰਿਹਾ ਸੀ ਤੇ ਦਸੰਬਰ ਇਸ ਸਾਲ ਜਦੋਂ ਉਸ ਦਾ ਕਤਲ ਹੁੰਦਾ ਉਸ ਤੋਂ ਕੁਝ ਹੀ ਹਫ਼ਤੇ ਪਹਿਲਾਂ ਇਹ ਦੱਸਿਆ ਜਾਂਦਾ ਕਿ ਰਾਜੂ ਠੇੜ ਨੂੰ ਪੈਰੋਲ ਉੱਤੇ ਛੱਡਿਆ ਜਾਂਦਾ ਲੇਕਿਨ ਅਨੰਦਪਾਲ ਕੁਲੈਮ ਕੋ ਮਰੈਸੀ ਤੇ ਉਹ ਫੇਸਬੁਕ ਤੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਰਿਹਾ ਹੁੰਦਾ ਹੈ ਵੰਗਾਰ ਰਿਹਾ ਹੁੰਦਾ ਚੁਣੌਤੀਆਂ ਦੇ ਰਿਹਾ ਹੁੰਦਾ ਕਿਉਂਕਿ ਉਸ ਤੋਂ ਪਹਿਲਾਂ ਵੀ ਇਨਫੈਕਟ ਜੇਲ ਬ੍ਰੇਕ ਤੋਂ ਪਹਿਲਾਂ ਵੀ ਉਸ ਦਾ ਇੱਕ ਜਿਹੜਾ ਸਟਾਈਲ ਸੀ ਤੇ ਤੁਸੀਂ ਲੋਰੈਂਸ ਬਿਸ਼ਨੋਈ ਤੇ ਅਨੰਤਪਾਲ ਦੇ ਇੱਕ ਸਟਾਈਲ ਦੇ ਵਿੱਚ ਇੱਕ ਵੱਖਰੀ ਚੀਜ਼ ਦੇਖੂਗੇ ਕਿ ਅਨੰਦਪਾਲ ਵੀ ਇੱਕ ਬੜੇ ਹੀ ਵੱਖਰੇ ਅੰਦਾਜ਼ ਦੇ ਵਿੱਚ ਜੈਕਟਾਂ ਹੈਟਸ ਵਗੈਰਾ ਪਾ ਕੇ ਫੋਟੋਆਂ ਖਿਚਵਾਉਂਦਾ ਹੋਇਆ ਆਪਣੀ ਜਿਹੜੀ ਅਦਾਲਤਾਂ ਦੇ ਵਿੱਚ ਹੋਣ ਵਾਲੀਆਂ ਪੇਸ਼ੀਆਂ ਉਹਨਾਂ ਨੂੰ ਇੱਕ ਫੋਟੋ ਆਪ ਬਣਾ ਕੇ ਵਿਚਰਦਾ ਰਿਹਾ ਹੈ ਉਸੇ ਕਾਫਕਰਾ ਵੱਖਰਾ ਸਟ ਹਾਲਾਂਕਿ ਅਨੰਦਪਾਲ ਇੱਕ ਗੈਂਗਸਟਰ ਸੀ ਕ੍ਰਿਮੀਨਲ ਸੀ ਲੇਕਿਨ ਉਸ ਦੇ ਇਲਾਕੇ ਦੇ ਵਿੱਚ ਰਾਵਣਾ ਰਾਜਪੂਤ ਬਰਾਦਰੀ ਦੇ ਵਿੱਚ ਉਸ ਦੀ ਇੱਕ ਚੰਗੀ ਪਕੜ ਸੀ ਤੇ ਉਸ ਨੂੰ ਇੱਕ ਰੋਬਨ ਹੁੱਡ ਦੀ ਇਮੇਜ ਵੱਜੋਂ ਵੀ ਉਸ ਉਸ ਦੀ ਜਿਹੜੀ ਛਵੀ ਸੀ ਉਹ ਇਸ ਇਲਾਕੇ ਦੇ ਵਿੱਚ ਰਹੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਗਰੀਬ ਲੜਕੀਆਂ ਦੇ ਵਿਆਹ ਵਗੈਰਾ ਕਰਾਣੇ ਆ ਉਹਨਾਂ ਦੇ ਨਾਲ ਇੱਕ ਚੰਗੀ ਸਾਥ ਇੱਕ ਚੰਗੇ ਰਿਲੇਸ਼ਨ ਉਹ ਰੱਖਦਾ ਸੀ ਦੇਸਪਾਈਟ ਦਾ ਫੈਕਟ ਕਿ ਉਹ ਇਲੀਗਲ ਐਕਟੀਵਿਟੀਜ਼ ਦੇ ਵਿੱਚ ਸੀ ਤੇ ਪੂਰੀ ਦੀ ਪੂਰੀ ਸਟੇਟ ਸਰਕਾਰ ਨੇ ਪੂਰਾ ਦਾ ਪੂਰਾ ਜਿਹੜਾ ਸਟੇਟ ਮਸ਼ੀਨਰੀ ਤੇ ਅੰਬਲਾ ਸੀ ਉਸ ਦੇ ਖਿਲਾਫ ਸੀ ਕੁਝ ਮਹੀਨੇ ਜਾਂ 1.5 ਸਾਲ ਬਾਅਦ 2017 ਦੇ ਵਿੱਚ ਜੂਨ ਦਾ ਮਹੀਨਾ ਸੀ ਜਦੋਂ ਕਿ ਇਹ ਮੰਨਿਆ ਜਾਂਦਾ ਹੈ ਕਿ ਇਸ ਤਰੀਕੇ ਦੀ ਸੰਭਾਵਨਾ ਬਣ ਰਹੀ ਸੀ ਕਿ ਆਨੰਦਪਾਲ ਸਿੰਘ ਨੂੰ ਸਲੰਡਰ ਕਰਵਾਇਆ ਜਾ ਸਕਦਾ ਹੈ ਜਾਂ ਉਹ ਪੁਲਿਸ ਅੱਗੇ ਖੁਦ ਆਤਮ ਸਮਰਪਨ ਕਰ ਸਕਦਾ ਹੈ ਲੇਕਿਨ ਇਨ੍ਹਾਂ ਹੀ ਕयास-ਰਾਈਆਂ ਦੇ ਵਿੱਚ ਵੱਖਰੀ ਘਟਨਾ ਹੋਈ ਜਦੋਂ ਕਿ ਮਾਲਾ ਸਰ ਪਿੰਡ ਦਾ ਜਿਹੜਾ ਪੁਲਿਸ ਮੁਕਾਬਲਾ ਸੀ ਇਸ ਵਿੱਚ ਆਨੰਦਪਾਲ ਸਿੰਘ ਦੀ ਮੌਤ ਹੋ ਗਈ ਪੁਲਿਸ ਐਨਕਾਊਂਟਰ ਦੇ ਵਿੱਚ ਆਨੰਦਪਾਲ ਸਿੰਘ ਨੂੰ ਠੇਰ ਕਰਤਾ ਗਿਆ ਹਾਲਾਂਕਿ ਇਸ ਪੂਰੇ ਦੇ ਪੂਰੇ ਐਨਕਾਊਂਟਰ ਦਾ ਇੱਕ ਦੂਸਰਾ ਪੱਖ ਇਹ ਸੀ ਕਿ ਇਹ ਹਮਲਾ ਜਾਂ ਕੋਈ ਐਨਕਾਊਂਟਰ ਨਹੀਂ ਸੀ ਬਲਕਿ ਇੱਕ ਅਜਿਹੀ ਸਥਿਤੀ ਸੀ ਜਿਸ ਵਿੱਚ ਕਿ ਆਨੰਦਪਾਲ ਸਿੰਘ ਪਹਿਲਾਂ ਹੀ ਪੁਲਿਸ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਾਉਣਾ ਚਾਹੁੰਦਾ ਸੀ ਲੇਕਿਨ ਆਖਰੀ ਮੌਕੇ ਤੇ ਪੁਲਿਸ ਦੇ ਅਫਸਰਾਂ ਦੇ ਨਾਲ ਉਸ ਦੀ ਕੁਝ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ ਜਿਸ ਤੋਂ ਬਾਅਦ ਸਥਿਤੀ ਵਿਗੜ ਗਈ ਤੇ ਆਪਸ ਦੇ ਵਿੱਚ ਗੋਲੀਬਾਰੀ ਸ਼ੁਰੂ ਹੋਈ ਤੇ ਆਨੰਦਪਾਲ ਨੂੰ ਅ ਇਨਕਾਊਂਟਰ ਦੇ ਵਿੱਚ ਉਸ ਨੂੰ ਆਪਣੀ ਜਾਨ ਗਵਾਣੀ ਪਈ ਲੇਕਿਨ ਇਸ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਗਤੀਰੋਧ ਹੋਇਆ ਤਕਰੀਬਨ 20-22 ਦਿਨ ਆਨੰਦਪਾਲ ਦੀ ਜਿਹੜੀ ਲਾਸ਼ ਸੀ ਉਸ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰ ਵਾਲਿਆਂ ਨੇ ਨਹੀਂ ਕੀਤਾ ਉਸ ਪੂਰੇ ਤੇ ਪੂਰੇ ਇਲਾਕੇ ਦੇ ਵਿੱਚ 라ਵਣਾ ਰਾਜਪੂਤ ਜਰਾ ਸਮਾਰਸੀ ਉਹ ਸੜਕਾਂ ਤੇ ਉਤਰ ਚੁੱਕਾ ਸੀ ਇਨਫੈਕਟ 12 ਜੁਲਾਈ ਦੇ ਆਸ-ਪਾਸ 24 ਜੂਨ 2017 ਦੀ ਘਟਨਾ ਹੈ ਤੇ 12 ਜੁਲਾਈ ਨੂੰ ਜਦੋਂ ਉਸ ਦੇ ਹੱਕ ਵਿੱਚ ਇੱਕ ਪਬਲਿਕ ਰੈਲੀ ਜਿਹੜੀ ਸੀ ਉਸ ਨੂੰ ਸੱਦਿਆ ਗਿਆ ਉਸ ਦੌਰਾਨ ਹਾਲਾਤ ਜਿਹੜੇ ਸੀ ਹੋਰ ਖਰਾਬ ਹੋ ਗਏ ਇਸ ਮੌਕੇ ਪੁਲਿਸ ਨਾਲ ਚੜਪਾ ਹੋਈਆਂ तकरीबन 16 ਪੁਲਿਸ ਵਾਲੇ ਫੱਟੜ ਹੋਏ ਮਾਰਕ ਉਠੋਈ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਈ ਗਈ ਤੇ ਇੱਕ ਜਿਹੜਾ ਸ਼ਖਸੀ ਇਸ ਪੂਰੀ ਤੇ ਪੂਰੀ ਘਟਨਾ ਦੇ ਵਿੱਚ ਉਸਦੀ ਮੌਤ ਵੀ ਹੋ ਗਈ ਸੋ ਕਾਫੀ ਵਾਇਲੈਂਟ ਹੋ ਗਿਆ ਮਾਹੌਲ ਇਲਾਕੇ ਦੇ ਵਿੱਚ तकरीबन ਪਿਛਲੇ 2-3 ਹਫ਼ਤੇ ਐਵਰ ਸਿንስ ਜਦੋਂ ਆਨੰਦਪਾਲ ਸਿੰਘ ਦਾ ਐਨਕਾਊਂਟਰ ਹੋਇਆ ਉਸਦੀ ਮੌਤ ਹੋਈ ਉਸ ਤੋਂ ਬਾਅਦ ਤੋਂ ਲੈ ਕੇ ਹਾਲਾਤ ਕਾਬੂ ਵਿੱਚ ਨਹੀਂ ਆਏ ਸੰ ਤੇ ਔਨ ਟਾਪ ਆਫ ਇਟ ਆ ਜਿਹੜੀ ਘਟਨਾ ਹੋਈ ਜਿਸ ਤੋਂ ਬਾਅਦ ਕਿ ਜਿਹੜੀ ਮੰਗ ਚੱਲੀ ਆ ਰਹੀ ਸੀ ਮੰਗ ਕੀ ਇਹ ਸੀ ਕਿ ਆਨੰਦਪਾਲ ਦਾ ਜਿਹੜਾ ਐਨਕਾਊਂਟਰ ਹੈ ਉਹ ਫਰਜ਼ੀ ਐਨਕਾਊਂਟਰ ਹੈ ਜਾਂ ਉਹ ਐਨਕਾਊਂਟਰ ਨਹੀਂ ਸੀ ਬਲਕਿ ਆਤਮ ਸਮਰਪਣ ਕਰਦੇ ਵੇਲੇ ਉਸ ਨੂੰ ਕੋਲਡ ਬਲੱਡ ਦੇ ਵਿੱਚ ਪੁਲਿਸ ਵੱਲੋਂ ਮਾਰਿਆ ਗਿਆ ਜਦੋਂ ਕਿ ਉਸ ਵਕਤ ਜਿਹੜੀ ਟੀਮਾਂ ਦੀ ਅਗਵਾਈ ਕਰ ਰਹੇ ਅਫਸਰ ਸੀ ਉਹਨਾਂ ਦਾ ਦਾਵਾ ਸੀ ਕਿ ਆਨੰਦਪਾਲ ਦੇ ਉੱਤੇ ਟਿਪ ਆਫ ਸੀ ਜਦੋਂ ਉਸ ਨੂੰ ਵੰਗਾ ਰਿਆ ਗਿਆ ਚੁਣੌਤੀ ਦਿੱਤੀ ਗਈ ਤੇ ਰਣਪਾਲ ਨੇ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਉਸ ਤੋਂ ਬਾਅਦ ਇਨਕਾਊਂਟਰ ਚ ਉਹਦੀ ਮੌਤ ਜਿਹੜੀ ਸੀ ਹੋਈ ਸੋ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਜਿਹੜਾ ਸੀ ਸੀਬੀਆਈ ਦੀ ਮੰਗ ਦੀ ਦੀ ਚੱਕ ਲੈ ਚੁੱਕਾ ਸੀ ਸੀਬੀ ਇਨਕੁਆਇਰੀ ਦੀ ਮੰਗ ਕਰਾ ਨਹੀਂ ਰਹੀ ਸੀ ਲੇਕਿਨ ਜਦੋਂ ਐਡੀ ਵੱਡੀ ਹਿੰਸਕ ਵਾਰਦਾਤ ਹੋ ਜਾਂਦੀ ਹੈ ਤੇ ਪੂਰੇ ਇਲਾਕੇ ਦੇ ਲੋਕਾਂ ਦੀ ਲੰਬੰਦੀ ਹੋ ਗਈ ਉਸ ਤੋਂ ਬਾਅਦ ਸਰਕਾਰ ਨੂੰ ਮਜਬੂਰ ਹੋਣਾ ਪਿਆ ਰਾਜਸਥਾਨ ਸਰਕਾਰ ਨੇ ਫਿਰ ਸੀਬੀਆਈ ਜਿਹੜੀ ਇਨਕੁਆਇਰੀ ਸੀ ਉਸ ਨੂੰ ਆਰਡਰ ਕਰਤੇ ਉਹਦੇ ਦੇ ਸੀ ਵੀ ਨੇ ਕਿ ਇਸ ਨੂੰ ਟੇਕਅਪ ਕਰ ਲਿਆ ਲੇਕਿਨ ਅਜ ਤੱਕ ਉਹ ਸੀ ਬੀਏ ਇਨਕੁਆਰੀ ਦੇ ਬਾਰੇ ਜਿੰਨਾ ਕ ਮੈਂ ਸਮਝ ਪਾਇਆ ਮੈਨੂੰ ਕੁਝ ਜ਼ਿਆਦਾ ਮਿਲਿਆ ਨਹੀਂ ਹਾਲਾਂਕਿ ਉਹ ਸੀਬੀਆਈ ਨੇ ਧਾਰੇ ਦੇ ਵਿੱਚ ਕਈ ਚੀਜ਼ਾਂ ਲੈ ਲੀਆਂ ਆਨੰਦਪਾਲ ਦਾ ਇੱਕ ਸੋ ਕਾਲਡ ਐਨਕਾਊਂਟਰ ਉਸ ਨੂੰ ਵੀ ਉਸ ਦੀ ਜਾਂਚ ਵੀ ਸੀਬੀਆਈ ਕੋਲ ਸੀ ਤੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਜਿਹੜੀ ਅਗਜ਼ਨੀ ਹਿੰਸਾ ਵਗੈਰਾ ਹੋਈ ਉਹ ਮਾਮਲੇ ਦੇ ਵਿੱਚ ਵੀ ਸੀਬੀਆਈ ਨੇ ਇਨਫੈਕਟਿਕ ਚਾਰਜ ਸ਼ੀਟ ਵੀ ਦਿੱਤੀ ਡੇਢ ਦਰਜਨ ਲੋਕਾਂ ਨੂੰ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਜਿਹੜੀ ਹਿੰਸਾ ਪੜਤੀ ਉਸ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਪੁਲਿਸ ਵਾਲੇ ਫੱਟੜ ਹੋਏ ਪੁਲਿਸ ਦੀਆਂ ਗੱਡੀਆਂ ਵਗੈਰਾ ਸੜੀਆਂ ਸੋ ਸੀਬੀਆਈ ਦੋ ਤਿੰਨ ਚੀਜ਼ਾਂ ਦੀ ਜਾਂਚ ਕਰ ਰਹੀ ਸੀ ਜਿਨ੍ਹਾਂ ਵਿੱਚੋਂ ਇੱਕ ਦੋ ਜਾਂਚ ਤਾਂ ਸਿਰੇ ਪਹੁੰਚੀਆਂ ਲੇਕਿਨ ਆਨੰਦਪ ਉਸ ਦੇ ਵਿੱਚ ਸੀਬੀਆਈ ਰਿਪੋਰਟ ਕੀ ਕਹਿੰਦੀ ਹੈ ਸੀਬੀ ਤਫਤੀਸ਼ ਨੇ ਕੀ ਕੀਤਾ ਇਹ ਮੇਰੇ ਕੋਲ ਜਾਣਕਾਰੀ ਨਹੀਂ ਹੈ ਮੇਬੀ ਮੈਂ ਜਿੰਨਾ ਲੱਭ ਸਕੇ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਮਿਲੀ ਨਹੀਂ ਔਰ ਮੇਬੀ ਦ ਇਨਵੈਸਟੀਗੇਸ਼ਨ ਹਜੇ ਸਟਿਲ ਔਨ ਹੈ ਕਿਉਂਕਿ ਸੀਬੀ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਉਸ ਪਿੰਡ ਉਸ ਘਰ ਜਿੱਥੇ ਕੀ ਇਨਕਾਊਂਟਰ ਹੋਇਆ ਸੀ ਅਨੰਤਪਾਲ ਦਾ ਉਥੇ ਰੀਕਨਸਟਰਕਸ਼ਨ ਕੀਤੀ ਗਈ ਉਹਨਾਂ 59 ਦੇ ਕਰੀਬ ਅਫਸਰਾਂ ਨੂੰ ਜਿਹੜੇ ਇਸ ਇਨਕਾਊਂਟਰ ਦੇ ਵਿੱਚ ਇਨਵੋਲ ਸੀ ਤੇ ਉਸ ਤੋਂ ਇਲਾਵਾ ਵੀ ਹੋਰ ਪੁਲਿਸ ਅਫਸਰਾਂ ਨੂੰ ਬੁਲਾਇਆ ਗਿਆ ਉਥੇ ਮੌਕੇ ਤੇ ਸਭ ਤੋਂ ਪੁੱਛਿਆ ਗਿਆ ਵੀ ਤੁਸੀਂ ਕਿੱਥੇ ਕਿਵੇਂ ਕੀ ਕੀ ਹੋਇਆ ਉਹ ਸਾਰਾ ਰੀਕਨਸਟਰਕਸ਼ਨ ਸੀਨ ਕਰਵਾਇਆ ਗਿਆ ਲੇਕਿਨ ਉਸ ਦਾ ਜਿਹੜਾ ਕੋਈ ਆਊਟਕਮ ਹੈ ਉਹ ਉਸ ਤਰੀਕੇ ਦੇ ਨਾਲ মিডিਆ ਡੋਮੇਨ ਦੇ ਵਿੱਚ ਉੱਭਰ ਕੇ ਸਾਹਮਣੇ ਨਹੀਂ ਆ ਪਾਇਆ ਸੋ 2017 ਵਿੱਚ ਅਨੰਦਪਾਲ ਸਿੰਘ ਦੀ ਐਨਕਾਊਂਟਰ ਦੇ ਵਿੱਚ ਹੋਈ ਮੌਤ ਤੋਂ ਬਾਅਦ ਇਸ ਗੈਂਗ ਦਾ ਕੋਈ ਵੱਡਾ ਲੀਡਰ ਬਚਿਆ ਨਹੀਂ ਸੀ ਬਲਬੀਦ ਮਨੂੜਾ ਪਹਿਲਾਂ ਮਾਰਿਆ ਜਾ ਚੁੱਕਾ ਸੀ ਆਨੰਦਪਾਲ ਪਾਲ ਦਾ ਖੁਦ ਐਨਕਾਊਂਟਰ ਹੋ ਗਿਆ ਉਸ ਦੇ ਭਰਾ ਮਨਜੀਤਪਾਲ ਵਗੈਰਾ ਵੀ ਜੇਲ੍ਹਾਂ ਦੇ ਵਿੱਚ ਰਹੇ ਇਹੀ ਉਹ ਦੌਰ ਸੀ ਜਦੋਂ ਕਿ ਲੌਰੈਂਸ ਬਿਸ਼ਨੋਈ ਇਸ ਸਰਕਟ ਦੇ ਵਿੱਚ ਐਂਟਰ ਕਰ ਚੁੱਕਾ ਸੀ ਤੇ ਜੇਲ੍ਹਾਂ ਦੇ ਵਿੱਚ ਬੈਠ ਕੇ ਜਦੋਂ ਆਪਸ ਦੇ ਵਿੱਚ ਆਨੰਦਪਾਲ ਦੇ ਭਰਾਵਾਂ ਦੇ ਨਾਲ ਲੌਰੈਂਸ ਬਿਸ਼ਨੋਈ ਦਾ ਸਰਕਟ ਬਣਿਆ ਉਸ ਦਾ ਆਪਣਾ ਗੈਂਗ ਜਾਂ ਉਸ ਦੇ ਆਪਣੇ ਜਿਹੜੇ ਸ਼ੂਟਰ ਸੀ ਉਹ ਵੀ ਐਕਟਿਵ ਹੋ ਗਏ ਉਸ ਨੇ ਫਿਰ ਕੁਝ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਵਾਇਆ ਜੋ ਕਿ आनंदपाल ਜਿਹੜਾ ਗੈਂਗ ਸੀ ਉਸ ਦੇ ਵਿਰੋਧੀਆਂ ਦੇ ਅਗੇਂਸਟ ਸਨ ਤੇ ਇਹੀ ਉਸ ਸਮਾਂ ਸੀ ਜਦੋਂ ਕਿ ਇਹ ਦੁਸ਼ਮਣੀ ਦਾ ਪੂਰਾ ਦਾ ਪੂਰਾ ਸਿਲਸਿਲਾ ਜੇ ਅੱਗੇ ਵਧਿਆ ਅਬੇਸ਼ਕ ਆਨੰਦਪਾਲ ਨਹੀਂ ਰਿਹਾ ਰਾਜੂ ਠੇੜਾ ਜੇ ਵੀ ਜਿਉਂਦਾ ਸੀ ਤੇ ਹੁਣ ਇਸ ਸਾਲ ਦਸੰਬਰ ਦੇ ਵਿੱਚ ਜਿਹੜੀ ਹੱਤਿਆ ਰਾਜੂ ਠੇੜ ਦੀ ਕੀਤੀ ਗਈ ਹੈ ਇਹ ਉਸੇ ਗੈਂਗਵਾਰ ਦੀ ਤੁਰਦੀ ਹੋਈ ਲੜੀ ਦਾ ਇੱਕ ਅਗਲਾ ਪੜਾ ਸੀ ਤੇ ਇਹੀ ਕਾਰਨ ਸੀ ਕਿ ਰਾਜੂ ਠੇੜ ਦੀ ਇਸ ਹੱਤਿਆ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਰੋਹਿਤ ਗੁਦਾਰਾ ਨਾ ਦੇ ਗੈਂਗਸਟਰ ਨੇ ਲਈ ਉਹ ਇਹੀ ਲਈ ਕਿ ਆਨੰਦਪਾਲ ਤੇ ਬਲਬੀਰ ਬਨੂੜਾ ਅਵਲਬੀਰ ਬਨੂੜਾ 2014 ਦੇ ਵਿੱਚ ਤੇ ਅਨੰਤਪਾਲ 2017 ਦੇ ਵਿੱਚ ਇਨਕਾਊਂਟਰ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਹਮਲੇ ਦੌਰਾਨ ਬਨੂੜਾ ਦੀ ਮੌਤ ਹੁੰਦੀ ਹੈ ਸੋ ਇਹ ਜਿਹੜੀ ਗੈਂਗਵਾਰ ਹੈ ਰਾਜਸਥਾਨ ਦੀ ਅਜੇ ਵੀ ਜਾਰੀ ਹੈ ਤੇ ਮੈਂ ਪਿਛਲੀ ਆਪਣੀ ਰਿਪੋਰਟ ਵਿੱਚ ਡਿਟੇਲ ਦਿੱਤੀ ਸੀ ਕਿ ਕਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਜਿਹੜੇ ਕੁਝ ਸਮਰਥਕ ਹੈਗੇ ਨੇ ਰਾਜਸਥਾਨ ਦੇ ਵਿੱਚ ਇਨਫੈਕਟ ਉਹਦਾ ਪੂਰਾ ਦਾ ਪੂਰਾ ਨੈਟਵਰਕ ਚੱਲਦਾ ਉਸ ਦੇ ਨਾਂ ਦੇ ਉੱਤੇ ਫਰਜ਼ੀ ਫਿਰੋਤੀਆਂ ਲੈਣ ਵਾਲਿਆਂ ਦੀ ਵੀ ਕੋਈ ਗਵਾਹੀ ਨਹੀਂ ਹੈ ਲੇਕਿਨ ਜਿਹੜਾ ਪੂਰਾ ਨੈਟਵਰਕ ਲਾਰੈਂਸ ਬਿਸ਼ਨੋਈ ਦਾ ਚੱਲਦਾ ਹੈ ਉਸ ਨੂੰ ਸਪੋਰਟ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਉਸ ਦੇ ਵਿਰੋਧੀ ਗੈਂਗਸ ਦੀਆਂ ਰਹੀਆਂ ਨੇ ਰਾਜਸਥਾਨ ਦੇ ਗੈਂਗਸ ਪੰਜਾਬ ਦੇ ਕੁਝ ਅਜਿਹੇ ਗੈਂਗਸ ਦੇ ਨਾਲ ਰਲੇ ਵੀ ਹੋਏ ਨੇ ਜੋ ਕਿ ਲਾਰੈਂਸ ਬਿਸ਼ਨੋਈ ਜਾਂ ਜੱਗੂ ਭਗਵਾਨਪੂਰੀਆ ਦੀ ਲੀਗ ਦੇ ਐਂਟੀ ਨੇ ਇਸ ਵਿੱਚ ਦਵਿੰਦਰ ਬੰਮੀਾ ਗੈਂਗਾਂ ਦਾ ਤੇ ਪਿਛਲੀ ਰਿਪੋਰਟ ਦੇ ਵਿੱਚ ਮੈਂ ਉਹੀ ਘਟਨਾ ਤੁਹਾਡੇ ਸਾਹਮਣੇ ਰੱਖੀ ਸੀ ਜਿਸ ਵਿੱਚ ਕੀ ਇਹਨਾਂ ਪ ਜੋਚੀ ਸੀ ਜਗਦੀਸ਼ ਦੀ ਸਾਸੀ ਇਸ ਦੇ ਨਾਲ ਹੀ ਸੰਦੀਪ ਨੰਗਲ ਅੰਬੀਆਂ ਦੇ ਜਿਹੜੇ ਸ਼ੂਟਰ ਜਿਸ ਦੇ ਵਿੱਚ ਹੈਰੀ ਰਾਜਪੂਰਾ ਤੇ ਹੈਰੀ ਬਠਿੰਡਾ ਸਨ ਇਹਨਾਂ ਦਾ ਇੱਕ ਗੈਂਗ ਤਿਆਰ ਕਰਕੇ ਰਾਜਸਥਾਨ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਸ ਵਿੱਚ ਕੀ ਨਿਸ਼ਾਨਾ ਮਨਜੀਤਪਾਲ ਸਿੰਘ ਨੇ ਹੋਣਾ ਸੀ ਬਾਅਦ ਦੇ ਵਿੱਚ ਜਦੋਂ ਉਹ ਚੀਜ਼ ਨਹੀਂ ਹੋ ਪਾਈ ਸੁਰੱਖਿਆਬੱਧ ਕੀ ਦੀਪਕ ਤਿੰਨ ਨੂੰ ਗ੍ਰਿਫਤਾਰ ਹੋਇਆ ਉਸ ਤੋਂ ਬਾਅਦ ਆ ਲਾਰੈਂਸ ਬਿਸ਼ਨੋਈ ਦੇ ਉੱਤੇ ਨਿਸ਼ਾਨ ਉਸ ਨਿਸ਼ਾਨਾ ਬਣਾਣ ਦੀ ਤਿਆਰੀਆਂ ਲੋਕ ਕਰਦੇ ਪਏ ਸੀ ਸੋ ਰਾਜਸਥਾਨ ਦਾ ਇਹ ਪਿਛਲੇ 20 30 ਸਾਲਾਂ ਦਾ ਇੱਕ ਹਿਸਾਬ ਕਿਤਾਬ ਹੈ ਜਾਂ ਉਸ ਦਾ ਲੇਖਾ ਜੋਖਾ ਹੈ ਜਿਸ ਤਹਿਤ ਕਿ ਉੱਥੇ ਜਿਹੜੀਆਂ ਗੈਂਗਵਾਰ ਚੱਲ ਰਹੀ ਨੇ ਉਸ ਦੇ ਜਿਹੜੇ ਮੇਨ ਹੁਣ ਦੋਵੇਂ ਸੂਤਰਧਾਰ ਕਹ ਲਈਏ ਉਹਨਾਂ ਨੂੰ ਆਨੰਦਪਾਲ ਸਿੰਘ ਤੇ ਰਾਜੂ ਠੇਡ ਦੋਵੇਂ ਮਾਰੇ ਜਾ ਚੁੱਕੇ ਨੇ ਲੇਕਿਨ ਕੀ ਇਹਨਾਂ ਦੀ ਮੌਤ ਤੋਂ ਬਾਅਦ ਇਹ ਗੈਂਗਵਾਰ ਰੁਕਦੀ ਨਜ਼ਰ ਆਂਦੀ ਹੈ ਰੁਕੇਗੀ ਇਹ ਵੇਖਣ ਵਾਲੀ ਗੱਲ ਹੋਏਗੀ ਸੋ ਅੱਜ ਇਹ ਗੱਲਬਾਤ ਰਾਜਸਥਾਨ ਦੇ ਗੈਂਗਸ ਉੱਤੇ ਸੀ ਮੈਂ ਕੁਝ ਰਿਪੋਰਟਾਂ ਪਹਿਲਾਂ ਇਹ ਵੀ ਕਿਹਾ ਸੀ ਆਪਾਂ ਹੁਸ਼ਿਆਰਪੁਰ ਦੇ ਗੈਂਗਸ ਦੇ ਉੱਤੇ ਗੱਲ ਵੀ ਕਰਾਂਗੇ ਤੇ ਕਈ ਸਬਸਕ੍ਰਾਈਬਰਸ ਨੇ ਕਿਹਾ ਕਿ ਉਹ ਗੱਲਬਾਤ ਵਿੱਚ ਰਹਿ ਗਈ ਉਸ ਉੱਤੇ ਰਿਪੋਰਟ ਨਹੀਂ ਬਣ ਪਾਈ ਤੇ ਕੋਸ਼ਿਸ਼ ਹੋਏਗੀ ਕਿ ਅਗਲੀ ਰਿਪੋਰਟ ਹੁਸ਼ਿਆਰਪੁਰ ਦੇ ਗੈਂਗਸਟਰਸ ਦੇ ਉੱਤੇ ਰੱਖੀ ਕਿਉਂਕਿ ਹੁਸ਼ਿਆਰਪੁਰ ਦੇ ਇਲਾਕੇ ਤੋਂ ਵੀ ਕਈ ਵੱਡੇ ਗੈਂਗਸਟਰਾਂ ਤੇ ਗੈਂਗਸ ਦਾ ਉਭਾਰ ਹੋਇਆ ਹੈ ਕਿਹੜੇ ਹਾਲਾਤ ਤੇ ਕਿਹੜੀ ਪਰਿਸਥਿਤੀਆਂ ਵਿੱਚ ਗੈਂਗ ਉਭਰੇ ਨੇ ਇਹਨਾਂ ਨੂੰ ਮੈਂ ਆਪਣੀ ਇਸ ਰਿਪੋਰਟ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ਰਤੇਸ਼ ਲਖਣ ਫਲੈਕਟ ਵਿੱਚ ਅੱਜ ਦੀ ਰਿਪੋਰਟ ਹੈ ਤੁਹਾਂ ਦਾ ਕਿਸੇ ਬਹੁਤ-ਬਹੁਤ